ਗੱਲ ਕਰਦੇ ਹਾਂ ਬਾਲੀਵੁੱਡ ਦੀ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀਆਂ ਇੱਕ ਸਾਲ 'ਚ 4 ਤੋਂ 5 ਫਿਲਮਾਂ ਵੱਡੇ ਪੱਧਰ ਤੇ ਰਿਲੀਜ਼ ਹੁੰਦੀਆਂ ਹਨ ਤੇ ਲਗਭਗ ਸਾਰੀਆਂ ਫਿਲਮਾਂ ਨੂੰ ਬਾਕਸ ਆਫਿਸ ਤੇ ਚੰਗਾ ਹੁੰਗਾਰਾ ਮਿਲਦਾ ਹੈ ਪਰ ਸਾਲ 2022 ਇਸ ਲਿਹਾਜ਼ ਨਾਲ ਉਹਨਾਂ ਲਈ ਵਧੀਆ ਨਹੀਂ ਰਿਹਾ ਇਸ ਸਾਲ ਉਹਨਾਂ ਦੀ ਸਮਰਾਟ ਪ੍ਰithvi ਰਾਜ ਬਚਨ ਪਾਂਡੇ ਤੇ ਰੱਖਿਆ ਬੰਧਨ ਰਿਲੀਜ਼ ਹੋ ਚੁੱਕੀਆਂ ਨੇ ਪਰ ਕੋਈ ਵੀ ਫਿਲਮ ਬਾਕਸ ਆਫਿਸ ਤੇ ਨਹੀਂ ਟਿੱਕੀ ਹੁਣ ਅਕਸ਼ੇਕ ਮਾਰਪਣੀ ਫਿਲਮ ਰਾਮ ਸੇਤੂ ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਹੋਏ ਨੇ ਇਸ ਫਿਲਮ 'ਚ ਉਹ ਪੁਰਾਤਤਵ ਵਿਭਾਗ 'ਚ ਕੰਮ ਕਰਨ ਵਾਲੇ ਆਰਕੀਓਲੋਜਿਸ ਦਾ ਕਿਰਦਾਰ ਨਿਭਾ ਰਹੇ ਨੇ ਪਰ ਹੁਣ ਜਾਣਕਾਰੀ ਆ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੇਕਰਸ ਰਾਮ ਸੇਤੂ ਦਾ ਫਰਸਟ ਲੁੱਕ ਲਾਂਚ ਕਰ ਸਕਦੇ ਨੇ ਪਿੰਕ ਫਿਲਾ ਦੀ ਖਬਰ ਮੁਤਾਬਕ ਰਾਮ ਸੇਤੂ ਦੇ ਮੇਕਰਸ ਆਉਣ ਵਾਲੇ ਸੋਮਵਾਰ ਨੂੰ ਫਿਲਮ ਦਾ ਫਰਸਟ ਲੁੱਕ ਲਾਂਚ ਕਰਨ ਦਾ ਪਲਾਨ ਬਣਾ ਰਹੇ ਨੇ ਨਾਲ ਹੀ ਖਬਰ 'ਚ ਦਾਵਾ ਕੀਤਾ ਜਾ ਰਿਹਾ ਹੈ ਕਿ ਮੇਕਰਸ ਰਾਮ ਸੇਤੂ ਦਾ ਫਰਸਟ ਲੁੱਕ ਜਾਰੀ ਕਰਕੇ ਫਿਲਮ ਦੀ ਪ੍ਰੋਮੋਸ਼ਨ ਵੀ ਸ਼ੁਰੂ ਕਰ ਸਕਦੇ ਹਨ ਜੋ ਕਿ ਰਾਮ ਸੇਤੂ ਦੀ ਰਿਲੀਜ਼ ਤੱਕ ਜਾਰੀ ਰਹ ਇਸ ਮੋਸ਼ਨ ਪੋਸਟਰ ਵਿੱਚ ਫਿਲਮ ਦੇ ਕੁਝ ਸ਼ਾਨਦਾਰ ਐਕਸ਼ਨ ਐਡਵੈਂਚਰ ਅਤੇ ਦ੍ਰਿਸ਼ਾਂ ਨੂੰ ਦਿਖਾਇਆ ਜਾਵੇਗਾ ਜਿਸ ਨਾਲ ਦਰਸ਼ਕਾਂ ਨੂੰ ਫਿਲਮ ਵੱਲ ਆਕਰਸ਼ਿਤ ਕੀਤਾ ਜਾ ਸਕੇ। ਰਾਮਸੇਤੂ ਦੀ ਕਹਾਣੀ ਰਮਾਇਣ ਦੇ ਦਿਨਾਂ ਵਿੱਚ ਭਾਰਤੀ ਸੰਸਕ੍ਰਿਤੀ ਦੀ ਪ੍ਰਾਚੀਨ ਕਲਾਕ੍ਰਿਤੀਆਂ ਦੀ ਖੋਜ ਤੇ ਆਧਾਰਿਤ ਹੋਵੇਗੀ। ਇਹ ਦੇਸ਼ ਦੀਆਂ ਜੜ੍ਹਾਂ ਆਸਾ ਤੇ ਅਧਿਆਤਮਿਕ ਮਾਨਤਾਵਾਂ ਮਦੇ ਉਤਸਵ ਨੂੰ ਦਰਸਾਵੇਗੀ। ਬਾਲੀਵੁੱਡ ਤੇ ਪਾਲੀਵੁੱਡ ਦੀਆਂ ਵਧੀਰੀ ਖਬਰਾਂ ਜਾਣਨ ਲਈ ਜੁੜੇ ਰਹੋ ਚੈਨਲ ਸ਼ਾਨ ਪੰਜਾਬੀ ਦੇ ਨਾਲ।